संतंस कंडी कुका जाहर पीर जी अते बापू बेलीराम चम्मट जी बहादुर के वालियां दी याद विच पिंड खेड़ा नंगल फकवाड़ा विखे करवाया गया छिंज मेला। जेकर पंजाब दे विच नशा मुक्त करना तां उहदे लई खेड़ां बहुत ज्यादा जरूरी ने। अंगहीन व्यक्तियों नूं वंडे गए ट्राई साइकल ते स्कूली बच्चियों नूं दित्तियां गईयां वर्दियां ते बूट। लड़कियों नूं दित्ते गए साइकल ते सिलाई मशीनां। 200 दे करीब परिवारां नूं दित्ता गया राशन। छोटे स्कूल दे बच्चियों नूं वंडियां कापियां ते किताबां। ਰੋਬਿਨ ਪੈਲਮੈਨ ਬੁੱਲਾਪੁਰ ਵਾਲਾ ਨੌਜਵਾਨ ਉਹ ਇੰਟਰਵਿਊ ਹੋ ਗਿਆ ਸਾਹਿਬ ਜੋ ਵਾਹ ਜੀ ਵਾਹ ਸ਼ਾਲਾ ਮਜੋ ਆ ਸੁਖਵਿੰਦਰ ਬਿੱਲੂ ਖੇੜਾ ਅਤੇ ਮਨੋਜ ਸਿੰਘ ਹੈਪੀ ਦੀ ਅਗਵਾਈ ਵਿੱਚ ਛਿੰਝ ਮੇਲਾ ਪਿੰਡ ਖੇੜਾ ਨੇੜੇ ਫਗਵਾੜਾ ਵਿਖੇ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਛਿੰਝ ਮੇਲੇ ਵਿੱਚ ਵਿਸ਼ਵ ਦੇ ਪ੍ਰਸਿੱਧ ਪਹਿਲਵਾਨਾਂ ਨੇ ਭਾਗ ਲਿਆ ਅਤੇ ਆਪਣੀ ਕੁਸ਼ਤੀ ਦੇ ਜੌਹਰ ਦਿਖਾਏ। ਛਿੰਝ ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ MP ਰਵਨੀਤ ਸਿੰਘ ਬਿੱਟੂ, MLA ਬਲਵਿੰਦਰ ਸਿੰਘ ਧਾਲੀਵਾਲ, ਡਾਕਟਰ ਰਾਜ ਕੁਮਾਰ ਚੱਬੇਵਾਲ, SC ਕਮਿਸ਼ਨ ਭਾਰਤ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ, ਦਵਿੰਦਰ ਕੁਲਥਮ, ਸੁਰਿੰਦਰ ਟੰਡਾ, ਬਲਵਿੰਦਰ ਬੌਬੀ ਹਾਜ਼ਰ ਹੋਏ। ਛਿੰਝ ਮੇਲੇ ਵਿੱਚ ਪਹਿਲਵਾਨ ਮਿਰਜ਼ਾ ਇਰਾਨ, ਰੋਹਿਤ ਦਿੱਲੀ ਅਤੇ ਪ੍ਰਭਪਾਲ ਜੇਤੂ ਰਹੇ। ਜੇਤੂ ਪਹਿਲਵਾਨਾਂ ਨੂੰ ਭਾਰੀ ਇਨਾਮ ਦਿੱਤੇ ਗਏ। ਇਸ ਛਿੰਝ ਮੇਲੇ ਵਿੱਚ ਲੱਖਾਂ ਰੁਪਏ ਲੋਕਾਂ ਦੇ ਭਲਾਈ ਦੇ ਕੰਮਾਂ ਵਾਸਤੇ ਖਰਚ ਕਰ ਦਿੱਤੇ ਗਏ, ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ। ਇਹ ਛਿੰਝ ਮੇਲਾ NRI ਵੀਰ ਰਾਜੇਸ਼ ਸਪੀਡੋ, ਹੈਰੀ ਸਾਹਿਬ, ਅਸ਼ੋਕ ਮਾਹੀ, ਚਰਨਜੀਤ ਝੱਲੀ, ਉੱਗੇ ਸਮਾਜ ਸੇਵਕ ਧੀਰਜ ਛੋਕਰਾ, ਕਸ਼ਮੀਰ ਸਿੰਘ, ਮਨੋਜ ਸਿੰਘ ਹੈਪੀ, ਗੁਰਜੀਤ ਸਿੰਘ ਮਠਾਰੂ, ਮਸਕੀਨ ਸਿੰਘ ਅਤੇ ਅੰਬੇਡਕਰ ਸੈਨਾ ਪੰਜਾਬ ਤਹਿਸੀਲ ਫਿਲੌਰ ਦੇ ਪ੍ਰਧਾਨ ਦੀਪਕ ਰਸੂਲਪੁਰੀ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਕਰਵਾਇਆ ਗਿਆ। ਇਸ ਛਿੰਝ ਮੇਲੇ ਲਈ ਸੁਖਵਿੰਦਰ ਬਿੱਲੂ ਖੇੜਾ, ਪ੍ਰਬੰਧਕ ਕਮੇਟੀ, NRI ਵੀਰ, ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਵਧਾਈ ਦੇ ਪਾਤਰ ਨੇ। ਇਸ ਛਿੰਝ ਮੇਲੇ ਵਿੱਚ ਜਿੱਥੇ ਪਹਿਲਵਾਨਾਂ ਨੂੰ ਇਨਾਮ ਦਿੱਤੇ ਗਏ, ਉੱਥੇ ਹੀ ਅੰਗਹੀਨ ਵਿਅਕਤੀਆਂ ਨੂੰ ਟਰਾਈ ਸਾਈਕਲ ਅਤੇ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਵਰਦੀਆਂ ਅਤੇ ਬੂਟ ਅਤੇ ਸਕੂਲ ਵਿੱਚ ਪੜ੍ਹਦੀਆਂ ਨੌਜਵਾਨ ਲੜਕੀਆਂ ਨੂੰ ਸਾਈਕਲ, ਪਿੰਡ ਵਿੱਚ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਪਿੰਡ ਦੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਅਤੇ ਇਲਾਕੇ ਭਰ ਦੇ 200 ਦੇ ਕਰੀਬ ਪਰਿਵਾਰਾਂ ਨੂੰ ਰਾਸ਼ਨ, ਛੋਟੇ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਵੰਡੀਆਂ ਗਈਆਂ। ਬਹੁਤ ਹੀ ਸਤਿਕਾਰਯੋਗ SP ਰੈਕਡ ਦੇ ਮਾਲਕ ਸਾਡੇ ਵੱਡੇ ਭਰਾ ਬਿੱਲੂ ਖੇੜਾ ਜੀ, ਉਹਨਾਂ ਵੱਲੋਂ ਇੱਕ ਵਿਸ਼ੇਸ਼ ਅਤੇ ਵਡਮੁੱਲਾ ਇੱਕ ਉਪਰਾਲਾ ਕੀਤਾ ਗਿਆ ਕਿ ਬਾਪੂ ਬੇਲੀ ਰਾਮ ਝੰਮੜ ਜੀ ਯਾਦਗਾਰੀ ਛਿੰਝ ਮੇਲਾ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਦੇ ਇਸ ਮਨੁੱਖ ਦੇ ਨਾਮਵਰ ਜਿਹੜੇ ਪਹਿਲਵਾਨਾਂ ਨੇ ਸ਼ਿਰਕਤ ਕਰਕੇ ਮੇਲੇ ਦੀ ਰੌਣਕ ਨੂੰ ਵਧਾਇਆ ਅਤੇ ਸਾਡੇ ਬੇਲੀ ਰਾਮ ਝੰਮੜ ਯਾਦਗਾਰੀ ਜਿਹੜਾ ਛਿੰਝ ਮੇਲਾ ਆ ਅਤੇ ਨਗਰ ਖੇੜਾ ਪਿੰਡ ਦੀ ਪੰਚਾਇਤ NRI ਵੀਰਾਂ ਦਾ ਇੱਕ ਬਹੁਤ ਵੱਡਾ ਉਪਰਾਲਾ ਆ, ਕਿਉਂਕਿ ਖੇਡਾਂ ਨੂੰ ਪਿਛਲੇ ਕਾਫੀ ਲੰਬੇ ਸਮੇਂ ਤੋਂ ਪ੍ਰਮੋਟ ਕਰਦੇ ਆ ਰਹੇ ਆ। ਜੇਕਰ ਖੇਡਾਂ ਸਾਡੇ ਇਲਾਕੇ ਦੇ ਵਿੱਚ ਪ੍ਰਮੋਟ ਹੋਣਗੀਆਂ, ਕਬੱਡੀ ਟੂਰਨਾਮੈਂਟ ਹੋਣਗੇ, ਛਿੰਝ ਮੇਲੇ ਹੋਣਗੇ, ਸੋ ਜਿਹੜੀ ਨੌਜਵਾਨੀ ਨਸ਼ਿਆਂ ਦੇ ਵਿੱਚ ਡੁੱਬਦੀ ਜਾ ਰਹੀ ਆ, ਉਸ ਨੂੰ ਇੱਕ ਬਹੁਤ ਵੱਡਾ ਸੰਦੇਸ਼ ਆ। ਜੇਕਰ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਨਾ ਤਾਂ ਉਹਦੇ ਲਈ ਖੇਡਾਂ ਬਹੁਤ ਜ਼ਿਆਦਾ ਜ਼ਰੂਰੀ ਨੇ, ਸੋ ਆਓ ਇਹੋ ਜਿਹਾ ਖੇਡ ਮੇਲਿਆਂ ਨੂੰ ਪ੍ਰਮੋਟ ਕਰੀਏ ਅਤੇ ਛਿੰਝ ਮੇਲਿਆਂ ਦਾ ਜਿਹੜਾ ਸ਼ਿੰਗਾਰ ਸਾਡੇ ਨੌਜਵਾਨ ਪਹਿਲਵਾਨਾਂ ਦਾ ਹੌਸਲਾ ਅਫਜਾਈ ਕਰੀਏ, ਤਾਂ ਜੋ ਸਾਡੇ ਦੇਸ਼ ਦੇ ਸਾਡੀ ਸਟੇਟ ਦੇ ਪਹਿਲਵਾਨ ਇਸ ਅਖਾੜਿਆਂ 'ਚੋਂ ਜਿਹੜਾ ਜਿੱਤ ਕੇ ਇਹ ਕਾਮਨਵੈਲਥ ਜਿਹੜੀਆਂ ਵੱਡੇ ਵੱਡੇ ਸਾਡੇ ਦੇਸ਼ ਦੇ ਨਾਮਵਰ ਵੱਡੀਆਂ ਜਿਹੜੀਆਂ ਟੂਰਨਾਮੈਂਟ ਹੋ ਰਹੇ ਉਹਨਾਂ ਵਿੱਚ ਭਾਗ ਲੈ ਕੇ ਆਪਣੇ ਸਟੇਟ ਦਾ ਅਤੇ ਆਪਣੇ ਦੇਸ਼ ਦਾ ਜਿਹੜਾ ਨਾਮ ਰੋਸ਼ਨ ਕਰਨ। ਧੰਨਵਾਦ ਜੀ ਸਾਰੇ ਦਰਸ਼ਕਾਂ ਦੇ ਵੀ ਅਤੇ ਸਾਰੇ ਹੋਰ ਆਏ ਪਤਵੰਤੇ ਸੱਜਣਾਂ ਦੇ ਵੀ, ਸਾਡੇ ਜਿਹੜੇ ਸੱਜਣ ਚੱਲ ਗਏ ਦੀਪਕ ਰਸੂਲਪੁਰੀ ਜੀ ਆਏ ਆ, ਉਹ ਸਾਡੇ ਅੰਬੇਡਕਰ ਸੈਨਾ ਦੇ ਬਲੌਰ ਤੋਂ ਪ੍ਰਧਾਨ ਨੇ, ਸਾਡਾ ਵੱਡਾ ਸਹਿਯੋਗ ਕਰ ਰਹੇ ਆ, ਉਹਨਾਂ ਸਮਾਜ ਸੇਵੀ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਉਹ ਆਪਣੀ ਟੀਮ ਦੇ ਨਾਲ ਪੂਰੇ ਆਏ ਆ ਅਤੇ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ। ਬਾਕੀ ਇਹ ਆ ਕਿ ਪਰਮਾਤਮਾ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਦਾ ਵੀ ਜੋ ਸਹਿਯੋਗ ਆ
साढ़े चाचा जी आ न्यूजीलैंड तो तेजपाल जी सिंदरपाल जी वो भी बहुत बड़ा योगदान दान पाते हैं ये तो असं परमात्मा असं गुरुआ यार भी साई लोगों अरदास करते हैं कि वह भी इन्हों भी परमात्मा दिन दुगनी रात चौकनी तरक्की बचे।